ਸੱਚੇ ਪਾਸ਼ਾ ਤਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਸ਼੍ਰੀ ਅਨੰਦਪੁਰ ਸਾਹਿਬ ਤੋਂ ਚਾਲੇ ਪਾ ਕੇ ਕਈਆਂ ਤੀਰਥਾਂ ਨੂੰ ਆਪਣੇ ਚਰਨ ਕਮਲਾਂ ਨਾਲ ਪਵਿੱਤਰ ਕੀਤਾ ਗੁਰੂ ਜੀ ਨੇ ਸਾਧੂਆਂ ਬ੍ਰਾਹਮਣਾਂ ਤੇ ਗਰੀਬਾਂ ਨੂੰ ਸੋਨਾ ਕੱਪੜੇ ਤੇ ਭੋਜਨ ਆ ਦੇ ਕੇ ਕਾਫੀ দান ਕੀਤਾ ਭਗਤੀ ਦੇ ਨਾਲ ਨਾਲ ਪੁੰਨ ਦਾਨ ਕਰਕੇ ਆਪਣਾ ਸਾਰਾ ਦਿਨ ਗੁਜ਼ਾਰਦੇ ਸਨ ਤੇ ਮੁੜ ਸਮਾਧੀ ਵਿੱਚ ਲੀਵਲੀਨ ਹੋ ਜਾਂਦੇ ਸਨ ਮੁਕੰਦ ਰੂਪ ਪਰਮਾਤਮਾ ਦੀ ਪ੍ਰਾਪਤੀ ਦੇ ਸ਼ਬਦਾਂ ਨੂੰ ਉਚਾਰਦੇ ਸਨ ਤੇ ਜਿਹੜੀ ਸੰਗਤ ਉਹਨਾਂ ਦੇ ਦਰਸ਼ਨਾਂ ਵਾਸਤੇ ਆਉਂਦੀ ਸੀ ਉਹਨਾਂ ਸਾਰਿਆਂ ਦੀਆਂ ਮਨੋ ਕਾਮਨਾਵਾਂ ਪੂਰੀਆਂ ਕਰਦੇ ਸਨ ਸਾਰੀ-ਸਾਰੀ ਰਾਤ ਪਰਮਾਤਮਾ ਦੀ ਯਾਦ ਵਿੱਚ ਜੁੜ ਕੇ ਸਿਮਰਨ ਕਰਦੇ ਸਨ ਆਪਣੇ ਚੰਚਲ ਮਨ ਨੂੰ ਆਪਣੇ ਵਸ ਵਿੱਚ ਕਰਕੇ ਅਗਾਧ ਪ੍ਰੇਮ ਤੋਂ ਬਾਹਰ ਨਹੀਂ ਸੀ ਕੱਢਦੇ ਇਸ ਤਰ੍ਹਾਂ ਬੈਠ ਕੇ ਕਾਫੀ ਸਮਾਂ ਬੀਤ ਜਾਂਦਾ ਸੀ ਤੇ ਪ੍ਰਾਣਾਂ ਨੂੰ ਰੋਕ ਕੇ ਦਸਵੇਂ ਦਵਾਰ ਵਿੱਚ ਅਸਥਿਤ ਕਰਦੇ ਸਨ ਸਾਹ ਸੰਗਤ ਜੀ ਯੂਪੀ ਬਿਹਾਰ ਵਿੱਚ ਇੱਕ ਸ਼ਹਿਰ ਹੈ ਸਸਰਾਮ ਉੱਥੇ ਇੱਕ ਗੁਰੂ ਜੀ ਦਾ ਬਹੁਤ ਪਿਆਰਾ ਸਿੱਖ ਰਹਿੰਦਾ ਸੀ ਜਿਸ ਦਾ ਨਾਮ ਸੀ ਚਾਚਾ ਫਗੋ ਜਿਹੜਾ ਗੁਰੂ ਘਰ ਵਾਸਤੇ ਕਾਰ ਸੇਵਾ ਇਕੱਠੀ ਕਰਦਾ ਸੀ ਤੇ ਗੁਰੂ ਜੀ ਨੂੰ ਭੇਜਿਆ ਕਰਦਾ ਸੀ ਉਹ ਗੁਰਮੁਖ ਸਤਿਗੁਰੂ ਜੀ ਦਾ ਬੜਾ ਪਿਆਰਾ ਸਿੱਖ ਸੀ। ਉਹਨੇ ਆਪਣੇ ਮਨ ਵਿੱਚ ਸੋਚਿਆ ਸੀ ਕਿ ਮੈਂ ਇੱਕ ਨਵਾਂ ਘਰ ਬਣਾਉਂਗਾ ਤੇ ਨਵਾਂ ਘਰ ਬਣਾ ਕੇ ਉਸ ਦਾ ਜਿਹੜਾ ਦਰਵਾਜ਼ਾ ਹੈ ਉਹ ਇੰਨਾ ਉੱਚਾ ਰੱਖੂੰਗਾ ਤਾਂ ਕਿ ਜਦੋਂ ਗੁਰੂ ਸਾਹਿਬ ਮੇਰੇ ਘਰ ਵਿੱਚ ਚਰਨ ਪਾਉਣ ਤਾਂ ਉਹ ਘੋੜੇ ਸਮੇਤ ਆਉਣ ਤੇ ਉਹਨਾਂ ਨੂੰ ਉਤਰ ਕੇ ਆਉਣ ਦੀ ਕੋਈ ਤਕਲੀਫ ਨਾ ਹੋਵੇ। ਇੱਕ ਦਿਨ ਸਾਰੀ ਸੰਗਤ ਇਕੱਠੀ ਹੋਊਗੀ। ਸਾਰਿਆਂ ਨੇ ਜਦੋਂ ਉਸ ਦੇ ਘਰ ਦੇ ਬਾਹਰਲੇ ਦਰਵਾਜ਼ੇ ਨੂੰ ਦੇਖਿਆ ਤਾਂ ਉਹਨਾਂ ਨੇ ਪੁੱਛਿਆ ਕਿ ਕਿਉਂ ਬਈ ਚਾਚਾ ਫੱਗੋ ਇੰਨਾ ਉੱਚਾ ਦਰਵਾਜ਼ਾ ਕਿਉਂ ਬਣਾਇਆ ਹੈ ਇਹ ਸੁਣ ਕੇ ਫੱਗੋ ਨੇ ਉਹਨਾਂ ਨੂੰ ਦੱਸਿਆ ਕਿ ਮੈਂ ਵੱਡਾ ਦਰਵਾਜ਼ਾ ਸੱਚੇ ਪਾਸ਼ਾ ਧੰਨ 시ਰ ਗੁਰੂ ਤੇਗ ਬਹਾਦਰ ਸਾਹਿਬ ਵਾਸਤੇ ਬਣਵਾਇਆ ਹੈ ਤਾਂ ਕਿ ਜਦੋਂ ਉਹ ਆਉਣ ਤਾਂ ਉਹਨਾਂ ਨੂੰ ਕੋਈ ਤਕਲੀਫ ਨਾ ਹੋਵੇ ਘੋੜੇ ਸਮੇਤ ਹੀ ਮੇਰੇ ਘਰ ਵਿੱਚ ਆ ਜਾਣ ਗੁਰੂ ਜੀ ਅੰਤਰਜਾਮੀ ਹਨ ਹਰੇਕ ਦੇ ਦਿਲ ਦੀ ਗੱਲ ਜਾਣਦੇ ਹਨ ਇਸ ਲਈ ਇੱਕ ਦਿਨ ਉਹ ਮੇਰੇ ਘਰ ਜ਼ਰੂਰ ਆਉਣਗੇ। ਉਹਨਾਂ ਦੇ ਰਹਿਣ ਵਾਸਤੇ ਹੀ ਮੈਂ ਇਹ ਮਕਾਨ ਬਣਾਇਆ ਹੈ। ਸ਼ਸਤਰਾਂ ਵਸਤਰਾਂ ਸਹਿਤ ਘੋੜੇ ਤੇ ਚੜੇ ਹੋਏ ਇੱਥੇ ਆਉਣਗੇ ਫਿਰ ਮੇਰੇ ਘਰ ਵਿੱਚ ਆਪਣੇ ਪਵਿੱਤਰ ਚਰਨ ਪਾਉਣਗੇ। ਗੁਰੂ ਜੀ ਨੂੰ ਮੈਂ ਘੋੜੇ ਤੋਂ ਉਤਰਨ ਨਹੀਂ ਦੇਵਾਂਗਾ। ਘੋੜੇ ਸਮੇਤ ਹੀ ਮੇਰੇ ਘਰ ਅੰਦਰ ਦਾਖਲ ਹੋਣਗੇ ਤੇ ਆ ਕੇ ਸਿੰਘਾਸਨ ਤੇ ਬੈਠ ਜਾਣਗੇ। ਐਸੇ ਕਰਕੇ ਮੈਂ ਇਹ ਵੱਡਾ ਦਰਵਾਜ਼ਾ ਲਾਇਆ ਹੈ। ਇਹ ਮੇਰੇ ਦਿਲ ਦੀ ਸ਼ਰਧਾ ਹੈ। ਸੰਤ ਤੇ ਵੇਦ ਪ੍ਰਾਨ ਕਹਿੰਦੇ ਹਨ ਕਿ ਜਿਹੜਾ ਆਪਣੇ ਇਸ਼ਟ ਨੂੰ ਪ੍ਰੇਮ ਅਤੇ ਸ਼ਰਧਾ ਨਾਲ ਸਾਧਦਾ ਹੈ ਉਹਨਾਂ ਦਾ ਇਸ਼ਟ ਜਾਂ ਗੁਰੂ ਉਹਨਾਂ ਦਾ ਦਾਸਾ ਦੀ ਪ੍ਰਤੀਗਿਆ ਜ਼ਰੂਰ ਪੂਰੀ ਕਰਦਾ ਹੈ ਇਸ ਲਈ ਉਹ ਮੈਨੂੰ ਆਪਣਾ ਸੇਵਕ ਜਾਣ ਕੇ ਜ਼ਰੂਰ ਆਉਣਗੇ ਤੇ ਮੇਰੀ ਪ੍ਰਤੀਗਿਆ ਨੂੰ ਜ਼ਰੂਰ ਪੂਰਾ ਕਰਨਗੇ ਇਸ ਤਰ੍ਹਾਂ ਚਾਚੇ ਫਗੋ ਤੋਂ ਸੁਣ ਕੇ ਸਾਰਿਆਂ ਨੇ ਬੜੀ ਸ਼ਰਧਾ ਧਾਰਨ ਕੀਤੀ ਗੁਰੂ ਜੀ ਦੇ ਚਰਨ ਕਮਲਾਂ ਨਾਲ ਬੜਾ ਪ੍ਰੇਮ ਕੀਤਾ ਇਹ ਸੁਖ ਦੇਣ ਵਾਲੇ ਸਤਨਾਮ ਦਾ ਸਿਮਰਨ ਕੀਤਾ। ਤਨ ਗੁਰੂ ਜੀ ਹਨ ਜਿਨ੍ਹਾਂ ਦੇ ਅਜਿਹੇ ਗੁਣ ਹਨ। ਇਸ ਪ੍ਰਕਾਰ ਸਾਰੀ ਸੰਗਤ ਤੇ ਚਾਚਾ ਫਗੋ ਗੁਰੂ ਜੀ ਦੀ ਉਡੀਕ ਕਰਨ ਲੱਗ ਪਿਆ। ਸ਼ਾਮ ਸਵੇਰੇ ਉਹ ਗੁਰੂ ਜੀ ਦੀ ਉਡੀਕ ਕਰਦੇ ਸਨ। ਉਹਨਾਂ ਸਿੱਖਾਂ ਦੇ ਮਨ ਦੀ ਜਾਣ ਕੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਾਂਸੀ ਤੋਂ ਉਸ ਚਾਚੇ ਫਗੋ ਦੇ ਨਗਰ ਵੱਲ ਚੱਲ ਪਏ। ਗਿਆਨ ਦੇ ਸਮੁੰਦਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਚਾਚੇ ਫਗੋ ਦੇ ਦੇਸ਼ ਵੱਲ ਜਲ ਪਏ 컬러 ਵਾਲੀ ਜ਼ਮੀਨ ਤੇ ਜਿੰਨੇ ਵੀ ਸਾਰੇ ਸੁੱਕੇ ਹੋਏ ਛੱਪਰ ਸੀ ਉਹ ਸਾਰੇ ਨਾਮ ਰੂਪੀ ਜਲ ਨਾਲ ਗੁਰੂ ਜੀ ਨੇ ਭਰ ਦਿੱਤੇ ਤੇ ਸਿੱਖੀ ਰੂਪ ਨਵਾਂ ਪੰਥ ਸਾਰਾਂ ਦੇ ਵਿੱਚ ਭਰ ਦਿੱਤਾ ਇਸ ਤਰ੍ਹਾਂ ਹੌਲੀ ਹੌਲੀ ਚਲਦੇ ਹੋਏ ਗੁਰੂ ਜੀ ਮਿਰਜ਼ਾਪੁਰ ਪਹੁੰਚ ਗਏ ਜਦੋਂ ਗੁਰੂ ਜੀ ਦੇ ਆਉਣ ਬਾਰੇ ਸਾਰੇ ਸਿੱਖਾਂ ਨੇ ਸੁਣਿਆ ਤਾਂ ਸਾਰੀ ਸਿੱਖ ਸੰਗਤ ਭੱਜ ਕੇ ਗੁਰੂ ਜੀ ਦੇ ਪਾਸ ਆਈ ਕਈ ਤਰ੍ਹਾਂ ਦੇ ਉਪਹਾਰ ਲੈ ਕੇ ਆਏ ਤੇ ਆਦਰ ਵਾਸਤੇ ਅੱਗੋਂ ਆ ਕੇ ਦੌੜ-ਦੌੜ ਕੇ ਬੜੀ ਚਾਹਤ ਕਰਕੇ ਇਸ ਤਰ੍ਹਾਂ ਮਿਲੇ ਜਿਵੇਂ ਪਿਆਸਾ ਮਨੁੱਖ ਪਾਣੀ ਦੇ ਕੋਲ ਆਉਂਦਾ ਹੈ ਹੱਥ ਜੋੜ ਕੇ ਸਾਰਿਆਂ ਨੇ ਗੁਰੂ ਜੀ ਨੂੰ ਸਿਰ ਝੁਕਾਇਆ ਤੇ ਗੁਰੂ ਜੀ ਦੇ ਚਰਨ ਕਮਲਾਂ 'ਤੇ ਮੱਥਾ ਟੇਕਿਆ ਫਿਰ ਗੁਰੂ ਜੀ ਨੂੰ ਨਾਲ ਲੈ ਕੇ ਗੁਰੂ ਜੀ ਦਾ ਡੇਰਾ ਲਗਵਾਇਆ ਤੇ ਉਸ ਤਰ੍ਹਾਂ ਕਰਨ ਲੱਗੇ ਜਿਸ ਤਰ੍ਹਾਂ ਗੁਰੂ ਜੀ ਫਰਮਾ ਰਹੇ ਸਨ ਕਈ ਤਰ੍ਹਾਂ ਦੀ ਉਹਨਾਂ ਨੇ ਸੇਵਾ ਕੀਤੀ ਤੇ ਮਹਾਨ ਗੁਰਦੇਵ ਜੀ ਨੂੰ ਬਹੁਤ ਪ੍ਰਸੰਨ ਕੀਤਾ ਖਾਣ ਪੀਣ ਦੀ ਬਹੁਤ ਟਹਿਲ ਸੇਵਾ ਨਗਰ ਦੀ ਸੰਗਤ ਨੇ ਉਸ ਸਮੇਂ ਕੀਤੀ ਜਿਹੜੀ ਗੁਰੂ ਜੀ ਦੀ ਕਾਰ ਇਕੱਠੀ ਹੋਈ ਸੀ ਉਹ ਧੰਨ ਵੱਡੀ ਗਿਣਤੀ ਵਿੱਚ ਗੁਰੂ ਜੀ ਦੇ ਅੱਗੇ ਲਿਆ ਕੇ ਰੱਖਤਾ ਜਿਹੜੀ ਗੁਰੂ ਜੀ ਦੀ ਕਾਰ ਸੇਵਾ ਇਕੱਠੀ ਹੁੰਦੀ ਸੀ ਉਹ ਸਾਰੀ ਗੁਰੂ ਜੀ ਦੇ ਅੱਗੇ ਲਿਆ ਕੇ ਰੱਖ ਦਿੰਦੇ ਸਨ ਗੁਰੂ ਜੀ ਯੋਗ ਸਮਝ ਕੇ ਜਿੱਥੇ ਖਰਚਣਾ ਹੁੰਦਾ ਸੀ ਉਥੇ ਖਰਚ ਦਿੰਦੇ ਸਨ ਇਹ ਬਾਕੀ ਗਰੀਬ ਸੰਗਤਾਂ ਵਿੱਚ ਵੰਡ ਦਿੰਦੇ ਸਨ ਉੱਥੋਂ ਚੱਲ ਕੇ ਗੁਰੂ ਜੀ ਕਰਮਨਾਸ਼ਾ ਨਦੀ ਦੇ ਕੋਲ ਪਹੁੰਚ ਗਏ ਤੇ ਉੱਥੇ ਚੱਲਦੇ ਜਲ ਨੂੰ ਦੇਖਿਆ ਉੱਥੇ ਉਤਾਰਾ ਕਰਕੇ ਇਸ਼ਨਾਨ ਕੀਤਾ ਜਿਹੜਾ ਸਥਾਨ ਅਪਵਿੱਤਰ ਗਿਣਿਆ ਜਾਂਦਾ ਸੀ ਜਦੋਂ ਸਤਗੁਰੂ ਜੀ ਇਸ਼ਨਾਨ ਕਰਨ ਲੱਗੇ ਤਾਂ ਸਤਗੁਰੂ ਜੀ ਦੇ ਸਪਰਸ਼ ਨਾਲ ਹੀ ਇਹ ਸਥਾਨ ਪਵਿੱਤਰ ਹੋ ਗਿਆ ਉਸ ਤੀਰਤ ਦਾ ਮਹਾਦੋਸ਼ ਖਤਮ ਹੋ ਗਿਆ ਫਿਰ ਗੁਰੂ ਜੀ ਨੇ ਸੰਤਾਂ ਫਕੀਰਾਂ ਨੂੰ ਬਚਨ ਕੀਤਾ ਕਿ ਇੱਕ ਤ੍ਰਿਸ਼ੰਕੂ ਨਾਮੀ ਮਹਾਨ ਰਾਜਾ ਸੀ ઋਸ਼ੀਆ ਮੁਨੀਆਂ ਨੇ ਕਈ ਤੀਰਥਾਂ ਦਾ ਜਲ ਇਕੱਠਾ ਕੀਤਾ ਸੀ ਤੇ ਉਸ ਰਾਜੇ ਨੂੰ ਉਸ ਜਲ ਨਾਲ ਇਸ਼ਨਾਨ ਕਰਵਾਇਆ ਇਸ ਕਰਕੇ ਇਸ ਨਦੀ ਨੂੰ ਕਰਮਨਾਸ਼ਾ ਕਹਿੰਦੇ ਹਨ ਹੁਣ ਇਹ ਨਦੀ ਕੁਕਰਮ ਵਿਨਾਸ਼ਾ ਹੋ ਗਈ ਹੈ ਭਾਵ ਇਹ ਕੁਕਰਮ ਦਾ ਵਿਨਾਸ਼ ਕਰਨ ਵਾਲੀ ਪਵਿੱਤਰ ਨਦੀ ਬਣ ਗਈ ਹੈ ਫਿਰ ਉਸ ਸਥਾਨ ਤੋਂ ਚੱਲ ਕੇ ਸਾਸਨਾਮ ਨਗਰ ਦੇ ਵਿੱਚ ਪਹੁੰਚ ਗਏ ਜਿੱਥੇ ਚਾਚਾ ਫਗੋ ਰਹਿੰਦਾ ਸੀ ਗੁਰੂ ਜੀ ਉੱਥੇ ਪਹੁੰਚ ਕੇ ਸੰਗਤਾਂ ਨੂੰ ਕਹਿਣ ਲੱਗੇ ਕਿ ਅਸੀਂ ਇਕੱਲੇ ਹੀ ਘੋੜੇ ਤੇ ਜਾਵਾਂਗੇ ਤੁਸੀਂ ਸਾਰੇ ਮੇਰੇ ਪਿੱਛੇ ਆਓ ਅਸੀਂ ਕੋਈ ਖਾਸ ਕਾਰਜ ਇੱਥੇ ਕਰਨਾ ਹੈ ਇਸ ਤਰ੍ਹਾਂ ਕਹਿ ਕੇ ਗੁਰੂ ਜੀ ਬੜੀ ਤੇਜ਼ੀ ਨਾਲ ਅੱਗੇ ਚਲੇ ਗਏ ਸਿੱਧੇ ਚਾਚੇ ਫਗੋ ਦੇ ਘਰ ਗਏ ਤੇ ਉਸ ਦੀ ਪ੍ਰਤੀਗਿਆ ਪੂਰੀ ਕੀਤੀ ਉਸ ਨੇ ਆਪਣੇ ਘਰ ਦਾ ਬਾਹਰਲਾ ਦਰਵਾਜ਼ਾ ਬਹੁਤ ਵੱਡਾ ਲਾਇਆ ਹੋਇਆ ਸੀ ਇਹ ਆਪਣੇ ਪ੍ਰੇਮ ਦੀ ਡੋਰ ਨਾਲ ਉਸ ਨੇ ਗੁਰੂ ਜੀ ਨੂੰ ਖਿੱਚ ਕੇ ਮੰਗਵਾ ਲਿਆ ਘੋੜੇ ਤੇ ਚੜੇ ਹੋਏ ਹੀ ਗੁਰੂ ਜੀ ਘਰ ਦੇ ਵੇੜੇ ਵਿੱਚ ਆ ਗਏ ਜਿਸ ਤਰ੍ਹਾਂ ਚਾਚੇ ਫਗੋ ਨੇ ਬੜਾ ਪ੍ਰੇਮ ਧਾਰ ਕੇ ਸੋਚਿਆ ਹੋਇਆ ਸੀ ਗੁਰੂ ਜੀ ਬੜੇ ਉੱਚੇ ਘੋੜੇ ਤੇ ਚੜੇ ਚੜਾਏ ਘਰ ਦੇ ਵੇੜੇ ਵਿੱਚ ਦਾਖਲ ਹੋ ਗਏ ਗੁਰੂ ਜੀ ਦੇ ਗਲ ਵਿੱਚ ਤਲਵਾਰਾਂ ਤੇ ਤੀਰਾਂ ਦਾ ਪੱਥਾ ਸ਼ੋਭ ਰਿਹਾ ਸੀ ਹੱਥ ਵਿੱਚ ਬਹੁਤ ਭਾਰੀ ਤਨੌਖ ਫੜਿਆ ਹੋਇਆ ਸੀ ਘੋੜੇ ਤੇ ਚੜੇ ਹੀ ਅੰਦਰ ਆ ਗਏ ਤੇ ਵੜੇ ਵਿੱਚ ਖੜੇ ਬੜੇ ਸ਼ੋਭ ਰਹੇ ਸਨ ਸਾਰੀ ਸਿੱਖ ਸੰਗਤ ਗੁਰੂ ਜੀ ਨੂੰ ਦੇਖ ਕੇ ਬੜੀ ਪ੍ਰਸੰਨ ਹੋ ਰਹੀ ਸੀ ਤੇ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਆਕਾਸ਼ ਤੋਂ ਕੋਈ ਉਤਰ ਕੇ ਥੱਲੇ ਆਇਆ ਹੋਵੇ ਗੁਰੂ ਜੀ ਦਾ ਚਿਹਰਾ ਕਮਲ ਦੇ ਫੁੱਲ ਵਾਂਗ ਖਿੜਿਆ ਹੋਇਆ ਸੀ ਵੱਡੇ-ਵੱਡੇ ਨੇਤਰ ਸੀ ਜਿਹੜੇ ਬੜੇ ਸ਼੍ਰੇਸ਼ਟ ਤੇ ਕਿਰਪਾਲੂ ਸੀ ਲੰਬੀਆਂ-ਲੰਬੀਆਂ ਗੁਰੂ ਜੀ ਦੀਆਂ ਬਾਹਾਂ ਸਨ ਤੇ ਸਭ ਪ੍ਰਕਾਰ ਦੇ ਸ਼ਸਤਰ ਗੁਰੂ ਜੀ ਨੇ ਧਾਰਨ ਕੀਤੇ ਹੋਏ ਸਨ ਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਚਾਚਾ ਫਗੋ ਅੱਗੇ ਚੱਲ ਕੇ ਆਇਆ ਵੇੜੇ ਵਿੱਚ ਖੜੇ ਹੋਏ ਗੁਰੂ ਜੀ ਦੇ ਉਸ ਨੇ ਦਰਸ਼ਨ ਕੀਤੇ ਉਸ ਨੂੰ ਨਿਸ਼ਚਾ ਨਾ ਹੋਇਆ ਕਿ ਇਹ ਹੀ ਗੁਰੂ ਜੀ ਹਨ ਫਿਰ ਵੀ ਉਸ ਦਾ ਮਨ ਪਿਆਰ ਨਾਲ ਖਿੱਚਿਆ ਜਾ ਰਿਹਾ ਸੀ ਸਹਿ ਸੁਭਾ ਉਹਦਾ ਪ੍ਰੇਮ ਵਧਦਾ ਜਾ ਰਿਹਾ ਸੀ ਗੁਰੂ ਜੀ ਸਾਹਮਣੇ ਖੜੇ ਹਨ ਇਹ ਸੋਚ ਰਿਹਾ ਸੀ ਪੁੱਛ ਨਹੀਂ ਸੀ ਸਕਦਾ ਕਿਉਂਕਿ ਗੁਰੂ ਜੀ ਦਾ ਤੇਜ ਹੀ ਸਭ ਕੁਝ ਦੱਸ ਰਿਹਾ ਸੀ ਉਸ ਨੂੰ ਹੈਰਾਨ ਹੋਏ ਨੂੰ ਦੇਖ ਕੇ ਗੁਰੂ ਜੀ ਬੋਲੇ ਹੈ ਫਗੋ ਤੂੰ ਅਤ ਕਠਣ ਪ੍ਰਾਣ ਤਾਰਨ ਕੀਤਾ ਹੈ ਤੂੰ ਆਪਣੇ ਘਰ ਦਾ ਦਰਵਾਜ਼ਾ ਬੜਾ ਉੱਚਾ ਤੇ ਬੜਾ ਵੱਡਾ ਬਣਵਾਇਆ ਹੈ ਅਸੀਂ ਬੜੀ ਦੂਰ ਸੀ ਫਿਰ ਤੂੰ ਆਪਣੇ ਮਨ ਵਿੱਚ ਇਹ ਕਿਵੇਂ ਸੋਚ ਲਿਆ ਕਿ ਅਸੀਂ ਇੱਥੇ ਆਵਾਂਗੇ ਸੈਂਕੜੇ ਕੋਹਾਂ ਦਾ ਰਸਤਾ ਹੈ ਤੇ ਕਿੰਨੇ ਦਿਨ ਲੱਗਦੇ ਹਨ ਇਹ ਵਿਚਾਰਨ ਤੋਂ ਬਗੈਰ ਹੀ ਤੂੰ ਪ੍ਰੇਮ ਧਾਰਨ ਕਰ ਲਿਆ ਤੇ ਸੰਗਤ ਨੂੰ ਸੁਣਾ ਕੇ ਇਹ ਪ੍ਰਣ ਵੀ ਕਰ ਲਿਆ ਕਿ ਮੈਂ ਗੁਰੂ ਜੀ ਦੇ ਵਾਸਤੇ ਬਣਵਾਇਆ ਹੈ ਤੇ ਗੁਰੂ ਜੀ ਮੇਰੇ ਘਰ ਵਿੱਚ ਜ਼ਰੂਰ ਆਉਣਗੇ ਇਸ ਲਈ ਤੇਰੀ ਮਨਸ਼ਾ ਨੂੰ ਪੂਰੀ ਕਰਨ ਵਾਸਤੇ ਅਸੀਂ ਘੋੜੇ ਸਹਿਤ ਘਰ ਦੇ ਅੰਦਰ ਦਾਖਲ ਹੋਏ ਹਾਂ ਇਸ ਲਈ ਤੇਰੀ ਮਨਸ਼ਾ ਹੁਣ ਅਸੀਂ ਤੇਰੀ ਪ੍ਰਤੀਗਿਆ ਪੂਰੀ ਕੀਤੀ ਹੈ ਜਿਸ ਤਰ੍ਹਾਂ ਤੇਰੀ ਇੱਛਾ ਸੀ ਇਹ ਸੁਣ ਕੇ ਫਗੋ ਦਾ ਨਿਸ਼ਚਾ ਭੱਜ ਗਿਆ ਕਿ ਇਹ ਗੁਰਤੇਗ ਬਹਾਦਰ ਸਾਹਿਬ ਜੀ ਮਹਾਰਾਜ ਆਏ ਹਨ ਉਹਦਾ ਹਿਰਦਾ ਚਾਹ ਨਾਲ ਉਛਲ ਪਿਆ ਜਿਵੇਂ ਸਾਗਰ ਚੰਦ ਨੂੰ ਦੇਖ ਕੇ ਉਛਾਲੇ ਮਾਰਦਾ ਹੈ ਉਸਦੇ ਨੈਣ ਬੜੇ ਆਨੰਦ ਨਾਲ ਭਰ ਗਏ ਮੋਤੀਆਂ ਵਾਂਗੂ ਜਲ ਦੀਆਂ ਬੂੰਦਾਂ ਡਿੱਗ ਰਹੀਆਂ ਸਨ ਤੇ ਉਸਦਾ ਮੁਖੜਾ ਹੰਝੂਆਂ ਨਾਲ ਭਿੱਜ ਗਿਆ ਗੁਰੂ ਜੀ ਨੂੰ ਘੋੜੇ ਤੇ ਚੜਿਆ ਨੂੰ ਦੇਖ ਕੇ ਤ੍ਰਿਪਤ ਨਹੀਂ ਸੀ ਹੋ ਰਿਹਾ ਖੰਬੇ ਵਾਂਗ ਖੜੇ ਦਾ ਖੜਾ ਰਿਹਾ ਉਸਦੇ ਮੂੰਹੋਂ ਕੁਝ ਕਿਹਾ ਨਹੀਂ ਸੀ ਜਾਂਦਾ ਕਿਉਂਕਿ ਉਸ ਦਾ ਗਲਾ ਰੁਕ ਗਿਆ ਸੀ ਇਸ ਲਈ ਉਸ ਦੇ মুখ ਵਿੱਚੋਂ ਕੋਈ ਵੀ ਬੋਲ ਨਾ ਨਿਕਲਿਆ ਨੈਤਰਾਂ ਦੀ ਪਲਕਾਂ ਸਮੇਤ ਇਕ ਟਿੱਕੀ ਭੱਜ ਗਈ ਜਿਨ੍ਹਾਂ ਨੂੰ ਦਿਨ ਰਾਤ ਪੋਜਦਾ ਸੀ ਉਹਨਾਂ ਵਾਸਤੇ ਉਸ ਨੇ ਇੱਕ ਪਲੰਗ ਬਣਵਾਇਆ ਸੀ ਫੌਰਨ ਲਿਆ ਕੇ ਉਸ ਨੇ ਉਸ ਨੂੰ ਵੇੜੇ ਵਿੱਚ ਢਾ ਦਿੱਤਾ ਤੇ ਸੋਹਣੇ-ਸੋਹਣੇ ਕੱਪੜੇ ਉਸ ਤੇ ਵਿਛਾ ਦਿੱਤੇ ਫਿਰ ਚਾਚੇ ਫੱਗੋ ਨੇ ਜਾ ਕੇ ਗੁਰੂ ਜੀ ਦੀ ਰਕਾ ਫੜ ਲਈ ਤੇ ਗੁਰੂ ਜੀ ਨੂੰ ਘੋੜੇ ਤੋਂ ਉਤਾਰਿਆ ਗੁਰੂ ਜੀ ਨੂੰ ਸਿੰਘਾਸਨ ਉੱਤੇ ਬਿਠਾਇਆ ਤੇ ਲੰਮੇ ਬੈ ਕੇ ਗੁਰੂ ਜੀ ਦੇ ਅੱਗੇ ਡੰਡੌਤ ਵੰਦਨਾ ਕੀਤੀ ਬਾਰ-ਬਾਰ ਧਰਤੀ ਤੇ ਮੱਥਾ ਟੇਕਦਾ ਸੀ ਤੇ ਗੁਰੂ ਜੀ ਦੇ ਚਰਨ ਕਮਲ ਫੜ ਕੇ ਆਪਣੇ ਮੁਖ ਨਾਲ ਚੁੰਮ ਰਿਹਾ ਸੀ ਗੁਰੂ ਜੀ ਦੀ ਜੁੱਤੀ ਆਪਣੇ ਹੱਥ ਵਿੱਚ ਫੜ ਕੇ ਉਸ ਦੀ ਧੋੜ ਆਪਣੇ ਮੱਥੇ ਨੂੰ ਲਾਈ ਫਿਰ ਹੱਥ ਜੋੜ ਕੇ ਅੱਗੇ ਖੜਾ ਹੋ ਗਿਆ ਤੇ ਬਾਰ-ਬਾਰ ਬਲਿਹਾਰ ਜਾ ਰਿਹਾ ਸੀ ਚਾਚਾ ਫਗੋ ਗੁਰੂ ਜੀ ਨੂੰ ਕਹਿੰਦਾ ਹੇ ਗੁਰੂ ਜੀ ਤੁਸੀਂ ਤਿੰਨਾਂ ਲੋਕਾਂ ਦੇ ਮਾਲਕ ਹੋ ਹੇ ਅੰਤਰਜਾਮੀ ਤੁਸੀਂ ਸਦਾ ਸਾਰਿਆਂ ਦੇ ਦਿਲਾਂ ਦੀ ਜਾਣਦੇ ਹੋ ਕੌਣ ਮੇਰੇ ਗਰੀਬ ਦੇ ਘਰ ਚੱਲ ਕੇ ਆਉਂਦਾ ਹੈ ਇਹ ਤੁਸੀਂ ਹੀ ਹੋ ਜੋ ਆਪਣੇ ਦਾਸਾਂ ਨੂੰ ਪਿਆਰ ਕਰਦੇ ਹੋ ਦੀਨ ਬੰਦੂ ਤੁਹਾਡਾ ਨਾਮ ਹੈ ਤੁਸੀਂ ਸਭ ਦੀ ਇਲਾਜ ਰੱਖਦੇ ਹੋ ਇਹ ਸਾਰੇ ਸੰਸਾਰ ਵਿੱਚ ਪ੍ਰਗਟ ਹੈ ਇਸ ਪ੍ਰਕਾਰ ਸਾਰੀ ਸੰਗਤ ਉੱਥੇ ਇਕੱਠੀ ਹੋ ਗਈ ਤੇ ਸਾਰਿਆਂ ਨੇ ਵਾਰੀ-ਵਾਰੀ ਗੁਰੂ ਜੀ ਦੇ ਦਰਸ਼ਨ ਕੀਤੇ ਕਈ ਵਿਧੀਆਂ ਨਾਲ ਭੋਜਨ ਤਿਆਰ ਕਰਵਾਇਆ ਜਿਹੜਾ ਸਤਿਗੁਰੂ ਜੀ ਨੂੰ ਛਕਾਉਣ ਵਾਸਤੇ ਬੜ ਰਿਹਾ ਸੀ ਇਸ ਤਰ੍ਹਾਂ ਗੁਰੂ ਜੀ ਨੇ ਉੱਥੇ ਕਈ ਦਿਨ ਡੇਰਾ ਕੀਤਾ ਫਿਰ ਸਤਿਗੁਰੂ ਜੀ ਨੇ ਚਾਚੇ ਫੱਗੇ ਨੂੰ ਬੁਲਾ ਕੇ ਹੱਸ ਕੇ ਕਿਹਾ ਜਿਹੜੀ ਤੁਸੀਂ ਸਿੱਖਾਂ ਦੇ ਘਰਾਂ ਤੋਂ ਕਾਰ ਭੇਟਾ ਲਿਆ ਕੇ ਇਕੱਠੀ ਕਰਦੇ ਹੋ ਉਹ ਹੁਣ ਸਾਰੀ ਆ ਕੇ ਮੈਨੂੰ ਅਰਪਣ ਕਰੋ ਕਿਉਂਕਿ ਅਸੀਂ ਹੁਣ ਅੱਗੇ ਜਾਣਾ ਚਾਹੁੰਦੇ ਹਾਂ ਚਾਚਾ ਫਗੋ ਨੇ ਹੱਥ ਜੋੜ ਕੇ ਗੁਰਜ ਨੂੰ ਸਾਰੀ ਗੱਲ ਇਸ ਤਰ੍ਹਾਂ ਸੁਣਾਈ ਕਿ ਜਿਹੜੀ ਕਾਰ ਭੇਟਾ ਮੈਂ ਪਹਿਲਾਂ ਸਾਰੀ ਇਕੱਠੀ ਕੀਤੀ ਸੀ ਉਹ ਮੈਂ ਸਾਰੀ ਗਿਣ-ਗਣ ਕੇ ਪੈਸੇ-ਪੈਸੇ ਤੱਕ ਕਈ ਵਾਰੀ ਹੁੰਡੀ ਬਣਾ ਕੇ ਆਪ ਜੀ ਦੇ ਪਾਸ ਭੇਜਦਾ ਰਿਹਾ ਹਾਂ ਆਪ ਪਾਸੋਂ ਕੋਈ ਵੀ ਗੱਲ ਲੁਕੀ ਹੋਈ ਨਹੀਂ ਹੈ ਹੁਣ ਬਾਕੀ ਜਿੰਨਾ ਵੀ ਧਨ ਇਕੱਠਾ ਕੀਤਾ ਹੈ ਉਹ ਸਾਰਾ ਆਪ ਜੀ ਨੂੰ ਦੇਣਾ ਚਾਹੁੰਦਾ ਹਾਂ ਇਸ ਤਰ੍ਹਾਂ ਕਹਿ ਕੇ ਉਸ ਨੇ ਸਾਰਾ ਧਨ ਲਿਆ ਕੇ ਗੁਰੂ ਜੀ ਦੇ ਅੱਗੇ ਅਰਪਣ ਕਰ ਦਿੱਤਾ ਜਿਹੜਾ ਧਨ ਸਿੱਖਾ ਪਾਸੋਂ ਲੈ ਕੇ ਉਸਨੇ ਇਕੱਠਾ ਕੀਤਾ ਹੋਇਆ ਸੀ ਇਹ ਸਾਰਾ ਕੁਝ ਦੇਖ ਕੇ ਸਤਿਗੁਰੂ ਜੀ ਨੇ ਉਸ ਨੂੰ ਕਿਹਾ ਹੋਰ ਲਿਆਓ ਜਿਹੜਾ ਬਾਕੀ ਬਚਿਆ ਹੋਇਆ ਹੈ ਸਾਡੇ ਵਾਸਤੇ ਜੋ ਕੁਝ ਵੀ ਕਿਸੇ ਨੇ ਦਿੱਤਾ ਹੈ ਉਹ ਲਿਆ ਕੇ ਹੁਣ ਸਾਨੂੰ ਦਿਓ ਜਿਹੜਾ ਤੁਸੀਂ ਆਪਣੇ ਹੱਥਾਂ ਨਾਲ ਲਿਆ ਹੈ ਇਹ ਸੁਣ ਕੇ ਫੱਗੋ ਆਪਣੇ ਮਨ ਵਿੱਚ ਬੜਾ ਹੈਰਾਨ ਹੋਇਆ ਕਿ ਇਹ ਸਤਿਗੁਰੂ ਜੀ ਨੇ ਕੀ ਬਚਨ ਕੀਤਾ ਹੈ ਮੇਰੇ ਕੋਲ ਤਾਂ ਹੁਣ ਕੁਝ ਰਿਹਾ ਹੀ ਨਹੀਂ ਗੁਰੂ ਜੀ ਕਿਸ ਤਰ੍ਹਾਂ ਮੰਗ ਰਹੇ ਹਨ ਇਹਨਾਂ ਦੇ ਮਨ ਵਿੱਚ ਕੀ ਹੈ ਗੁਰੂ ਜੀ ਝੂਠੇ ਬਚਨ ਵੀ ਨਹੀਂ ਕਹਿ ਸਕਦੇ ਮੇਰੇ ਕੋਲ ਤਾਂ ਕੁਝ ਰਿਹਾ ਹੀ ਨਹੀਂ ਇਹ ਗੱਲ ਵੀ ਸੱਚੀ ਹੈ ਇਸ ਤਰ੍ਹਾਂ ਆਪਣੇ ਮਨ ਵਿੱਚ ਸੋਚਣ ਲੱਗ ਗਿਆ ਤੇ ਆਪਣੇ ਮਨ ਵਿੱਚ ਬੀਤੇ ਹੋਏ ਸਮੇਂ ਬਾਰੇ ਵਿਚਾਰ ਕਰਨ ਲੱਗ ਗਿਆ ਇਸ ਤਰ੍ਹਾਂ ਯਾਦ ਕਰਦੇ ਕਰਦੇ ਉਸ ਨੂੰ ਇੱਕ ਸਿੱਖਣੀ ਦਾ ਕੌਤਕ ਯਾਦ ਆ ਗਿਆ ਫਿਰ ਉਸ ਨੇ ਗੁਰੂ ਜੀ ਨੂੰ ਕਿਹਾ हे सच्चे पाशा हां एक चीज मैं नहीं दिती जेडी तुसी मेनू याद करवा रहे हो ते जेडी तुसी ਲੈਣਾ ਚਾਹੁੰਦੇ ਹੋ ਉਹ ਇਹ ਹੈ ਕਿ ਇੱਕ ਦਿਨ ਮੈਂ ਇੱਕ ਸਿੱਖ ਦੇ ਘਰ ਗਿਆ ਤੇ ਜਦੋਂ ਮੈਂ ਉਸ ਸਿੱਖ ਦੇ ਘਰ ਗਿਆ ਤਾਂ ਉਹ ਸਿੱਖ ਘਰ ਵਿੱਚ ਨਹੀਂ ਸੀ ਉਸ ਦੀ ਸਿੱਖਣੀ ਘਰ ਵਿੱਚ ਸੀ ਮੈਂ ਉਸ ਨੂੰ ਕਿਹਾ ਕਿ ਗੁਰੂ ਜੀ ਦੀ ਕਾਰ ਸੇਵਾ ਦਿਓ ਜਿਹੜੀ ਤੁਸੀਂ ਆਪਣੇ ਘਰ ਵਿੱਚ ਰੱਖੀ ਹੈ ਉਹ ਸਿੱਖਣੀ ਕਹਿਣ ਲੱਗੀ ਕਿ ਸਿੱਖ ਘਰ ਵਿੱਚ ਨਹੀਂ ਹੈ ਇਸ ਲਈ ਮੇਰੇ ਕੋਲ ਦੇਣ ਵਾਸਤੇ ਕੁਝ ਨਹੀਂ ਹੈ ਮੈਂ ਕੀ ਕਰਾਂ ਇਹ ਸੁਣ ਕੇ ਫਿਰ ਮੈਂ ਉਸ ਨੂੰ ਕਿਹਾ ਜਿਹੜਾ ਕੁਝ ਵੀ ਹੈਗਾ ਉਹ ਆਪਣੇ ਕੋਲੋਂ ਦੇ ਦਿਓ ਜੋ ਵੀ ਦਿਓਗੇ ਉਹ ਮੈਂ ਲੈ ਜਾਵਾਂਗਾ ਤੇ ਸਤਿਗੁਰੂ ਜੀ ਦੇ ਪਾਸ ਭਜਵਾ ਦਿਆਂਗਾ ਸੋ ਗੁਰੂ ਜੀ ਉਹ ਇੱਕ ਗਰੀਬ ਸਿੱਖ ਦਾ ਘਰ ਸੀ ਪਰਾਇਆ ਕੰਮ ਕਰਕੇ ਸਮਾਂ ਪਾਸ ਕਰਦਾ ਸੀ ਮੇਰੇ ਬਚਨ ਸੁਣ ਕੇ ਉਹ ਸਿੱਖਣੀ ਗੁੱਸੇ ਵਿੱਚ ਆ ਗਈ ਤੇ ਗੁੱਸੇ ਵਿੱਚ ਆ ਕੇ ਮੈਨੂੰ ਇਸ ਤਰ੍ਹਾਂ ਕਹਿਣ ਲੱਗੀ ਜੇ ਤੁਸੀਂ ਘਰੋਂ ਖਾਲੀ ਨਹੀਂ ਜਾਣਾ ਤਾਂ ਵੇੜੇ ਵਿੱਚ ਕੂੜਾ ਪਿਆ ਹੈ ਉਹੀ ਲੈ ਜਾਓ ਹੋਰ ਤੁਹਾਡੇ ਹੱਥ ਵਿੱਚ ਕੀ ਦਵਾਂ ਮੇਰਾ ਮਾਲਕ ਕੁਝ ਵੀ ਕਮਾ ਕੇ ਨਹੀਂ ਲਿਆ ਮੈਂ ਇਹ ਸੁਣ ਕੇ ਫੇਰ ਬੇਨਤੀ ਕੀਤੀ ਜੇ ਤੇਰੇ ਹਿਰਦੇ ਵਿੱਚ ਇਹੋ ਭਾਵਨਾ ਹੈ ਤਾਂ ਇਹੀ ਦੇ ਦੇ ਉਸਨੇ ਦਿਲ ਵਿੱਚ ਗੁੱਸਾ ਕਰਕੇ ਕੂੜੇ ਦਾ ਬੁੱਕ ਭਰ ਕੇ ਮੇਰੇ ਕੱਪੜੇ ਦੇ ਨਾਲ ਬੰਦ ਦਿੱਤਾ ਸੋ ਗੁਰੂ ਜੀ ਉਹ ਕੂੜਾ ਮੈਂ ਉਸੇ ਰੀਤ ਨਾਲ ਆਪਣੇ ਘਰ ਲਿਆ ਆ ਕਾਰ ਵਿੱਚ ਆ ਕੇ ਆਪਣੇ ਪੱਲੇ ਨੂੰ ਖੋਲਿਆ ਤੇ ਕੂੜੇ ਨੂੰ ਧਰਤੀ ਤੇ ਸਿੱਟਿਆ ਤੇ ਉਸ ਕੂੜੇ ਵਿੱਚੋਂ ਇੱਕ 베ਰੀ ਦੇ ਫਲ ਦੀ ਵੱਡੀ ਸਾਰੀ ਗਿੱਟਕ ਜ਼ਮੀਨ ਤੇ ਡਿੱਗ ਪਈ ਉਹ ਗਿੱਟਕ ਮੈਂ ਇਸ ਤਾ ਵੀ ਦਿੱਤੀ ਤੇ ਉਸ ਤੋਂ ਇਹ 베ਰੀ ਦਾ ਬੂਟਾ ਉੱਗ ਗਿਆ ਹੈ ਜਿਹੜਾ ਤੁਸੀਂ ਦੇਖ ਰਹੇ ਹੋ ਤੁਸੀਂ ਅੰਤਰਜਾਮੀ ਹੋ ਸਭ ਕੁਝ ਜਾਣ ਲਿਆ ਹੈ ਜਿਹੜੀ ਉਹ ਕਾਰ ਭੇਟਾ ਸੀ ਉਹ ਇਹੀ ਨਿਸ਼ਾਨੀ ਹੈ ਜਿਹੜਾ ਇਹ 베ਰੀ ਦਾ ਬੂਟਾ ਉੱਗ ਗਿਆ ਹੋਇਆ ਹੈ ਇਹ ਤੁਸੀਂ ਲੈ ਲਵੋ ਤੇ ਉਹ ਸਿੱਖ ਦੀ ਸਹਾਇਤਾ ਕਰੋ ਗੁਰੂ ਦੀ ਅੰਸ਼ ਇਹ 베ਰੀ ਦਾ ਬੂਟਾ ਹੀ ਹੋ ਗਿਆ ਹੈ ਸਾਰੇ ਸਿੱਖਾਂ ਵਿੱਚ ਇਹ ਕਥਾ ਸੁਣ ਕੇ ਸੱਚੇ ਪਾਤਸ਼ਾਹ ਧੰਨ ਸ਼੍ਰੀ ਗੁਰ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਬੜੇ ਪ੍ਰਸੰਨ ਹੋਏ ਤੇ ਉਹਨਾਂ ਨੇ ਕਿਹਾ اے ਸਿੱਖ ਤੂੰ ਇਸ ਧਰਤੀ ਤੇ ਧੰਨ ਹੈ ਗੁਰਮੁਖ ਪਰਸਵਾਰਥ ਕਰਦੇ ਹਨ ਤੇ ਹਿਰਦੇ ਵਿੱਚ ਲੋਭ ਹੰਕਾਰ ਨਹੀਂ ਧਾਰਨ ਕਰਦੇ ਗੁਰੂ ਕਾਰੇ ਨੂੰ ਸ਼ੁਰੂ ਕਰਦੇ ਹਨ हे ਫਗੋ ਤੁਸੀਂ ਸਿੱਖੇ ਨੂੰ ਸੰਭਾਲਣ ਵਾਲੇ ਖੰਭਿਆਂ ਦੇ ਖੰਬੇ ਹੋ ਤੁਸੀਂ ਭਵ ਸਾਗਰ ਨੂੰ ਪਾਰ ਕਰ ਗਏ ਹੋ ਤੇ ਹੋਰ अनेका ਦਾ ਵੀ ਤੁਸੀਂ ਉਧਾਰ ਕਰੋਗੇ ਐਸੀ ਤੇਰੀ ਗਤੀ ਅਸੀਂ ਪ੍ਰਗਟ ਕਰਨੀ ਚਾਹੁੰਦੇ ਸੀ ਬਹੁਤ ਸਿੱਖਾਂ ਦੇ ਸਮੂਹ ਵਿੱਚ ਤੁਸੀਂ ਹੁਣੇ ਇਹ ਕਥਾ ਸੁਣਾਈ ਹੈ ਜਿਹੜੇ ਆਪਣੇ अनेका ਗੁਣ ਤੇ ਪ੍ਰਾਇ ਦੇ ਦੋਸ਼ ਸੰਤੋਖ ਸਹਿਤ ਛਪਾਉਣਾ ਚਾਹੁੰਦੇ ਹਨ ਉਹੀ ਸਿੱਖੀ ਮੈਨੂੰ ਭਲੀ ਪ੍ਰਕਾਰ ਪਿਆਰੇ ਹਨ ਹਰ ਸਾਹ ਵਿੱਚ ਉਹ ਮੇਰਾ ਸਿਮਰਨ ਕਰਦੇ ਹਨ ਹੇ ਭਾਈ ਫਗੋ ਤੂੰ ਇੱਕ ਗੁਰਮੁਖ ਸਿੱਖ ਹੈ ਭਵਖ ਵਿੱਚ ਜਿਹੜੇ ਸਿੱਖ ਤੇਰੀ ਇਹ ਕਥਾ ਸੁਣਨਗੇ ਉਹਨਾਂ ਨੂੰ ਸਿੱਖੀ ਪ੍ਰਾਪਤ ਹੋਏਗੀ ਉਹਨਾਂ ਦਾ ਕਾਮ ਕ੍ਰੋਧ ਹੰਕਾਰ ਆਦਿ ਕੁਝ ਵੀ ਨਹੀਂ ਰਹੇਗਾ ਗੁਰੂ ਜੀ ਨੇ ਸਾਰਿਆਂ ਦੀ ਭਾਵਨਾ ਚੰਗੀ ਤਰ੍ਹਾਂ ਪੂਰੀ ਕੀਤੀ ਜਿਹੜੇ ਵੀ ਆਪਣੇ ਦਿਲ ਵਿੱਚ ਉਹ ਮਨੋਰਥ ਧਾਰ ਕੇ ਲਿਆਏ ਸਨ ਸਿੱਖਾਂ ਦਾ ਬਹੁਤ ਪ੍ਰੇਮ ਜਾਣ ਕੇ ਗੁਰੂ ਜੀ ਨੇ ਬਚਨ ਕੀਤਾ ਤੁਸੀਂ ਨਿਹਾਲ ਹੋ ਗਏ ਹੋ ਸ਼ਾਮ ਹੋਣ ਤੇ ਗੁਰੂ ਜੀ ਸਾਰੀ ਸੰਗਤ ਸਹਿਤ ਘੋੜਿਆਂ ਤੇ ਸਵਾਰ ਹੋ ਗਏ ਹੁਣ ਗੁਰੂ ਜੀ ਅੱਗੇ ਜਾਣਾ ਚਾਹੁੰਦੇ ਸਨ ਇਸ ਲਈ ਉਹਨਾਂ ਨੇ ਸਾਰੇ ਵਾਹਨ ਤਿਆਰ ਕਰਵਾਏ ਤੇ ਗੁਰੂ ਜੀ ਫੌਰਨ ਉਸ ਤੇ ਅਸਵਾਰ ਹੋ ਗਏ ਕਾਫੀ ਦੂਰ ਤੱਕ ਸਸਰਾਮ ਦੀ ਸੰਗਤ ਗੁਰੂ ਜੀ ਨੂੰ ਤੋਰਨ ਵਾਸਤੇ ਨਾਲ ਆਈ ਤੇ ਪ੍ਰੇਮ ਕਰ ਕਰਕੇ ਗੁਰੂ ਜੀ ਦੇ ਚਰਨ ਕਮਲਾਂ ਤੇ ਮੱਥਾ ਟੇਕ ਰਹੇ ਸਨ ਸਤਿਗੁਰੂ ਜੀ ਨੇ ਧੀਰੇਜ ਦੇ ਕੇ ਉਹਨਾਂ ਨੂੰ ਵਾਪਸ ਮੋੜਿਆ ਤੇ ਆਪ ਸਤਿਗੁਰੂ ਜੀ ਪੂਰਬ ਵਾਲੇ ਪਾਸੇ ਚਲੇ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ